अस्सलाम वालेकुम दोस्तों, आज मैं लुड्डन मंडी दे विच लुड्डन मंडी दोस्तों लगती है बुध वाले दिन लुड्डन शहर तो 1 किलोमीटर दूर, तकरीबन 1-2 किलोमीटर दूर है करमपुर रोड से। अज असी सुभाष भाई और आए हैं, सुभाष भाई और है ने, बच्चे भी आए हैं तो बच्चिया भी है ने, उस तो इलावा गावं भी तुम इन्हों को खरीद सकते हो। तो नंबर इन्हों का वीडियो चलता पे होना है, जिन्हों दोस्तों ने खरीदने तुम इन्हों रबता भी कर सकते हो। तो जिन्हों दोस्तों ने हाले तक साढ़े चैनल सबसक्राइब नहीं किया, साढ़े चैनल सबसक्राइब करो, नाल घंटी भी दबाओ ताकि हर नवी आने वाली वीडियो तुहाडे तक पहुँचती रहे। अज असी सुभाष भाई को आए हैं तो इन्हों को है ने, बच्चिया भी है ने। तो सुभाष भाई पढ़ा ना, सुभाष भाई तो कि नस्ल की तुहाडे को बच्चिया है ने? साहिवाल चौलस्तानी। साहिवाल चौलस्तानी, दो नस्लां जी। क्रास है ना कोई नहीं? नहीं क्रास, क्रास कोई नहीं। गां वगैरह? अच्छा, ये जानवर गावं भी मिल जाएगी, बच्चे भी मिल जाएंगे, बच्चे भी मिल जाएंगे। सही हो गया, अं और आओ थोड़ा इस साइड से। ਇਹ ਜਿਹੜੀ ਹੈ ਬੱਚੀ ਹੈ ਚੋਲਿਸਤਾਨੀ ਹੈ, ਪਿਓਰ ਚੋਲਿਸਤਾਨੀ, ਪਿਓਰ ਚੋਲਿਸਤਾਨੀ। ਅਤੇ ਕਿੰਨੀ ਕੁ ਉਮਰ ਹੈ ਇਹਦੀ? ਇਹ ਕੋ 2-2.5 ਸਾਲ ਦੀ ਬੱਚੀ, 2.5 ਸਾਲ ਦੀ ਦੋਂਦੀ ਹੋ ਗਈ। ਦੋਂਦੀ ਹੋ ਗਈ ਜੀ। ਲਓ ਜੀ, ਇਹ ਦੋਂਦੀ ਹੋ ਗਈ ਹੈ, 2.5 ਸਾਲ ਇਹਦੀ ਉਮਰ ਹੈ। ਅਤੇ ਕਿੰਨੇ ਮੰਗ ਰਹੇ ਇਹਦੇ? 85,000। 85? ਫਾਈਨਲ ਕਿੰਨਾ? ਫਾਈਨਲ 75,000। ਫਾਈਨਲ 75,000 ਹੋ ਜਾਏਗਾ। ਉਹ ਸਾਈਡ ਤੋਂ ਆ ਯਾਰ, ਹੋਰ ਆ ਜਾ ਇਸ ਸਾਈਡ ਤੋਂ। ਸਹੀ ਹੈ, ਉਦੋਂ ਨਾ ਸੂਰਜ ਪੈਂਦਾ ਤਾਂ ਸਾਫ਼ ਨਹੀਂ ਹੁੰਦਾ। ਇਹ ਲਓ ਲਓ ਦੋਸਤੋ, ਇਸ ਦਾ 85,000 ਮੰਗਦੇ ਨੇ ਅਤੇ ਫਾਈਨਲ 75,000 ਹੋ ਜਾਏਗਾ। ਅਤੇ ਦੁੰਦੀ ਹੋ ਗਈ ਹੈ, 2.5 ਸਾਲ ਇਸ ਦੀ ਉਮਰ ਹੈ, ਅਤੇ ਔਰ ਚੋਲਸਤਾਨੀ। ਅਗਲੀ ਉਹ ਸਾਹੀਵਾਲ ਹੀ ਹੈ? ਉਹ ਸਾਹੀਵਾਲ। ਸਾਹੀਵਾਲ, ਉਹਦੀ ਕਿੰਨੀ ਉਮਰ ਹੈ? ਉਹਦੀ 1.5 ਸਾਲ। 1.5 ਸਾਲ, ਲਓ ਜੀ ਇਸ ਦੀ 1.5 ਸਾਲ ਉਮਰ। ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਮੁਕੰਮਲ ਜਾਨਵਰ ਵਿਖਾਇਆ ਜਾਏ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਵਾਕਈ ਜਾਨਵਰ ਹੈ ਨੇ। ਪਿਓਰ ਸਾਹੀਵਾਲ, ਪਿਓਰ ਸਰ। ਇਹਦੇ ਕਿੰਨੇ ਮੰਗ ਰਹੇ? 65,000। ਲਓ ਜੀ ਇਹਦਾ 65,000 ਰੁਪਈਆ। ਫਾਈਨਲ? ਫਾਈਨਲ ਫਾਈਨਲ 65 ਹੈ। ਉਸ ਤੋਂ ਇਲਾਵਾ ਇਹ ਵੀ ਵੇਖ ਸਕਦੇ ਹੋ ਜਨਾਬ, ਇਹ ਪਿਓਰ ਸਾਹੀਵਾਲ, ਪਿਓਰ ਸਾਹੀਵਾਲ। ਇਸ ਦੀ ਕਿੰਨੀ ਉਮਰ ਹੈ? ਇਹਦੀ ਕਿੰਨੀ ਉਮਰ ਹੈ? 2.5 ਸਾਲ। ਉਹਦੀ ਵੀ 2.5 ਸਾਲ ਅਤੇ ਇਹਦੀ ਵੀ 2.5 ਸਾਲ। ਸਹੀ ਹੈ, ਇਹਦੇ ਕਿੰਨੇ ਮੰਗ ਰਹੇ? 7 ਇੰਚ ਤੱਕ ਰਹੀ? 66,000 ਰੁਪਇਆ। ਇਹਦਾ 66,000। ਚੋਲਿਸਤਾਨੀ ਹੈ, ਪਿਓਰ ਚੋਲਿਸਤਾਨੀ, 66,000 ਰੁਪਈਆ। 2.5 ਸਾਲ ਉਮਰ। ਅਤੇ ਅਗਲੀ 48,000 ਰੁਪਏ। ਇਹਦੀ ਕਿੰਨੀ ਉਮਰ ਹੈ? 1.5 ਸਾਲ। 1.5 ਸਾਲ, 48,000 ਰੁਪਈਆ। ਦੋਸਤੋ ਅੱਜ ਅਸੀਂ ਸੁਭਾਸ਼ ਭਾਈ ਕੋਲ ਆਇਆ ਤਾਂ ਤੁਹਾਨੂੰ ਨਾਲ ਨਾਲ ਦੱਸਦੇ ਚੱਲੀਏ ਕਿ ਸੁਭਾਸ਼ ਭਾਈ ਦਾ ਅਸੀਂ ਤੁਹਾਨੂੰ ਮਾਲ ਵਿਖਾ ਰਹੇ ਹਾਂ, ਜਾਨਵਰ ਵਿਖਾ ਰਹੇ ਹਾਂ, ਜਿਹਦੇ ਵਿੱਚ ਚੋਲਿਸਤਾਨੀ ਬੱਚੀਆਂ ਵੀ ਹੈ ਨੇ ਅਤੇ ਸਾਹੀਵਾਲ ਵੀ ਬੱਚੀਆਂ ਹੈ ਨੇ, ਪਿਓਰ ਸਾਹੀਵਾਲੀਆਂ। ਉਸ ਤੋਂ ਇਲਾਵਾ ਜਿਹਨਾਂ ਦੋਸਤਾਂ ਨੇ ਬੱਚੇ ਖਰੀਦਣੇ ਹੋਣ ਜਾਂ ਗਾਵਾਂ ਖਰੀਦਣੇ ਹੋਣ, ਉਹ ਵੀ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਇਹ ਬੱਚੀ ਜਿਹੜੀ ਹੈ ਇਹ ਜਨਾਬ 48,000 ਦੀ ਫਾਈਨਲ ਹੋ ਜਾਏਗੀ। ਉਸ ਤੋਂ ਇਲਾਵਾ ਅੱਗੇ ਵੀ ਤੁਹਾਨੂੰ ਵਿਖਾ ਦੀ ਇਹ ਵਾਲੀ ਬੱਚੀ। ਸੁਭਾਸ਼ ਭਾਈ ਇਹਦੀ ਕਿੰਨੀ ਉਮਰ ਹੋਈ? 1.5 ਸਾਲ। 1.5 ਸਾਲ, ਇਸ 'ਤੇ ਪਿਓਰ ਚੋਲਿਸਤਾਨੀ। ਲਓ ਜੀ ਚੋਲਿਸਤਾਨੀ ਹੈ, ਇਹ ਜੀ 1.5 ਸਾਲ ਉਮਰ ਜੀ। 45,000 ਜੀ। ਲਓ ਜੀ ਇਹਦਾ 45,000 ਜੀ। ਅੱਗੇ ਆਏ ਲੇਕਿਨ ਜਿਹੜੇ ਮਾਲਕ ਹੁੰਦੇ ਨੇ ਉਹਨਾਂ ਦੀ ਜ਼ਬਾਨ ਚੋਂ ਅਗਰ ਲਫ਼ਜ਼ ਨਿਕਲੇ ਹੋਣ ਤਾਂ ਉਹ ਫਿਰ ਜਿਹੜੇ ਨਾ ਉਹ ਸਹੀ ਹੁੰਦੇ ਨੇ, ਕਿਉਂਕਿ ਅਸੀਂ ਆਪਣੇ ਤਰਫੋਂ ਕਹਿ ਦਈਏ ਤੇ ਉਹ ਫਿਰ ਗੱਲ ਨਹੀਂ ਅੱਛੀ ਹੁੰਦੀ। ਜਿਸ ਮਾਲਕ ਦਾ ਜਾਨਵਰ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਇਹ ਜਿਹੜਾ ਨਾ ਕਿਹੜੀ ਨਸਲ ਹੈ ਤੇ ਕਿਸ ਤਰ੍ਹਾਂ ਦੀ ਚੀਜ਼ ਹੈ। ਅੱਛਾ, ਚੋਲਿਸਤਾਨੀ ਦੱਸੀਏ? ਪਿਓਰ ਚੋਲਿਸਤਾਨੀ। ਤੇ ਇਹਦੀ ਕਿੰਨੀ ਉਸਤਾਦ ਉਮਰ ਹੈ? ਬੋਲਾ 2.5 ਸਾਲ ਦੀ ਵਿੱਚ। 2.5 ਸਾਲ, ਜ਼ਿਆਦਾਤਰ ਤੁਹਾਡੇ ਕੋਲ 2.5 ਸਾਲ ਦੀਆਂ ਨੇ, ਤਿਆਰ ਹੈਗੀਆਂ ਨਾ ਬੱਚੀਆਂ? ਤਿਆਰ ਹੈ। ਅੱਛਾ, ਇਹ ਦੱਸੋ ਕਿ ਇੱਕ ਮੱਛੀ ਜਿਹੜੀ ਉਹ ਕਿੰਨੇ ਸਾਲਾਂ 'ਚ ਤਿਆਰ ਹੋ ਜਾਂਦੀ ਹੈ, ਉਸ ਤੋਂ ਬਾਅਦ ਗੱਭਣ ਦੀ? ਬੋਲਾ ਗੱਭਣ 2-2.5 ਸਾਲ ਦੀ ਗੱਭਣ ਹੋ ਜਾਏ, ਹੁਣ ਤਿਆਰ ਹੈਗੀਆਂ ਨੇ, ਵਾਈਟ 'ਚ ਹੈਗੀਆਂ ਨੇ। ਅੱਛਾ, 2-2.5 ਸਾਲ ਤੱਕ ਇਹ ਹੋ ਜਾਣਗੇ ਜੀ, ਫੁੱਲ ਤਿਆਰ ਹੋ ਜਾਣਗੇ। ਤਿਆਰ, ਠੀਕ ਹੋ ਗਿਆ। ਇਹਦੇ ਕਿੰਨੇ ਮੰਗ ਰਹੇ ਹੋ? 65,000 ਫਾਈਨਲ ਜੀ। ਲਓ ਜੀ ਇਹਦਾ 65,000 ਫਾਈਨਲ ਹੈ। ਅਗਲੇ ਵੀ ਤੁਹਾਡੇ ਨੇ ਸਾਰੇ? ਲਓ ਜੀ ਸਿਰਫ 3 ਜਾਨਵਰ ਹੋਰ ਰਹਿ ਗਏ ਨੇ ਦੋਸਤੋ,
ਚੋਲਿਸਤਾਨੀ ਅਗਲੀ ਸਾਹੀ ਵਾਲੀ ਹੈ ਤੇ ਇਸ ਤੇ ਕਿੰਨੇ ਮੰਗਦੇ ਹੋ? ਤਾਂ 55,000 ਇਹਦਾ 55,000 ਤੇ ਕਿੰਨੀ ਉਮਰ ਹੈ ਭਲਾ ਇਹਦੀ? ਡੇਢ ਸਾਲ ਇਹਦੀ, ਡੇਢ ਸਾਲ। ਦੋਸਤੋ ਜਿੰਨਾ ਵੀ ਇਹ ਦੋਸਤਾਂ ਨੇ ਖਰੀਦਣੀਆਂ ਹੋਣ ਇਹਨਾਂ ਕੋਲ ਬੱਚੀਆਂ ਤੇ ਤੁਹਾਨੂੰ ਕਿਧਰੇ ਜਾਣ ਦੀ ਜ਼ਰੂਰਤ ਨਹੀਂ, ਸਿਰਫ ਸਿੱਧਾ ਲੁੱਡਣ ਮੰਡੀ ਆਓ ਤੇ ਮੰਡੀ ਦੇ ਵਿੱਚ ਆ ਕੇ ਸ਼ਬਾਸ਼ ਭਾਈ ਨਾਲ ਫੋਨ ਤੇ ਰਾਬਤਾ ਕਰੋ ਤੇ ਜਿੰਨੇ ਜਾਨਵਰ ਤੁਸੀਂ ਇਹਨਾਂ ਕੋਲੋਂ ਖਰੀਦਣਾ ਚਾਹੁੰਦੇ ਹੋ ਤੁਹਾਨੂੰ ਮਿਲ ਜਾਣਗੇ ਇਹਨਾਂ ਕੋਲ ਜਾਨਵਰ। ਹਰ ਤਰ੍ਹਾਂ ਦਾ ਤੁਹਾਨੂੰ ਜਾਨਵਰ ਮਿਲ ਜਾਏਗਾ, ਚੋਲਿਸਤਾਨੀ ਵੀ ਤੇ ਸਾਈ ਵਾਲੀ ਵੀ ਤੇ ਬੱਚੇ ਵੀ ਤੇ ਬੱਚੀਆਂ ਵੀ ਤੇ ਇਹ ਜੋੜੀ ਜੋੜੀ ਦਾ 95,000 ਜੋੜੀ ਦਾ ਉਮਰ ਇੱਕੋ ਜਿਹੀ ਹੈ ਜਿਹੜਾ ਲੈ? ਨਹੀਂ ਉਹ ਪਹਿਲੀ ਛੋਟੀ, ਉਹ ਸਾਲ ਦੀ ਹੈ, 7 ਸਾਲ ਦੀ ਇਹ 7 ਸਾਲ ਉਹ ਸਾਲ ਦੀ ਠੀਕ ਹੋ ਗਿਆ। ਮੈਂ ਰੈਡ ਪੁੱਛਣਾ ਫਿਰ ਉਸ ਤੋਂ ਬਾਅਦ ਤੁਹਾਨੂੰ ਅਲੱਦਾ ਕਰਕੇ ਦਿਖਾਵਾਂਗੇ। ਅੱਗੇ ਵਾਲੀ ਇਹਦੇ ਕਿੰਨੇ ਮੰਗਦੇ? 55,000 ਤੇ ਉਮਰ? 1.5 ਸਾਲ ਉਮਰ। 1.5 ਸਾਲ। ਇੱਕ ਵਾਰੀ ਫੋਨ ਨੰਬਰ ਦੱਸ ਦਿਓ ਫਿਰ ਮੈਂ ਤੁਹਾਡੇ ਜਾਨਵਰ ਜਿਹਨਾਂ ਦਾ ਉਹਨਾਂ ਦਾ ਵੀ ਵਿਖਾ ਲਾਂਗੇ ਦੋਸਤਾਂ। 0304-1344-1348-548 ਨੰਬਰ ਚੱਲਦਾ ਜੀ। ਤੇ ਲਓ ਦੋਸਤੋ ਇਹ ਸ਼ਬਾਸ਼ ਭਾਈ ਦਾ ਨੰਬਰ ਇਹਦੇ ਵੀਡੀਓ ਦੇ ਵਿੱਚ ਚੱਲਦਾ ਹੋਣਾ ਤੇ ਤੁਸੀਂ ਇਹਨਾਂ ਦਾ ਰਾਬਤਾ ਵੀ ਕਰ ਸਕਦੇ ਹੋ। ਬੱਚੀਆਂ ਵੀ, ਬੱਚੇ ਵੀ ਤੇ ਉਸ ਤੋਂ ਇਲਾਵਾ ਗਾਵਾਂ ਵੀ, ਦੁੱਧ ਵਾਲੀਆਂ ਉਹ ਤੁਹਾਨੂੰ ਮਿਲ ਸਕਦੀਆਂ ਨੇ ਇਹਨਾਂ ਕੋਲੋਂ। ਇਹਨੂੰ ਉਠਾ ਖਾਂ, ਇਹ ਦੇਖ ਸਕਦੇ ਹੋ ਸਾਰਾ ਮਾਲ ਇਹਨਾਂ ਦਾ ਹੀ ਹੈ।